ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਵਾਇਰਸ ਨੇ ਆਮ ਜਨਜੀਵਨ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਇਰਸ ਨੇ ਸਿਰਫ ਜਨਜੀਵਨ ਤੇ ਹੀ ਆਪਣਾ ਪ੍ਰਭਾਵ ਨਹੀਂ ਛੱਡਿਆ, ਬਲਕਿ ਆਮ ਲੋਕ ਜਿਹੜੇ ਨੇ ਉਹ ਇਸ ਦੇ ਵਿੱਚ ਪਿਸਤੇ ਹੀ ਨਜ਼ਰ ਆ ਰਹੇ ਨੇ। ਪਿਛਲੇ ਕੁਝ ਸਮੇਂ 'ਚ ਇਹ ਦੇਖਣ ਨੂੰ ਮਿਲਿਆ ਕਿ ਇਸ ਕਰੋਨਾ ਕਰਕੇ ਜਿਹੜਾ ਕਰਫਿਊ ਲੱਗਿਆ ਉਹਦੇ ਕਰਕੇ ਪੋਲਿਊਸ਼ਨ ਬਹੁਤ ਘੱਟ ਗਿਆ, ਪਹਾੜ ਦਿਖਾਈ ਦੇਣ ਲੱਗ ਪਏ। ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਉਹ ਗਰੀਬ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਦਾ ਦੁੱਖ ਨਜ਼ਰ ਨਹੀਂ ਆ ਰਿਹਾ। ਜੀ ਹਾਂ, ਮੈਂ ਤਰਸੇਮ ਅਰੋੜਾ ਗੱਲ ਕਰ ਰਿਹਾ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਜੋ ਰੋਜ਼ੀ ਰੋਟੀ ਦੀ ਖਾਤਰ ਆਪਣਾ ਘਰ ਪਰਿਵਾਰ ਛੱਡ ਕੇ ਭਾਰਤ ਵਿੱਚ ਆਏ ਸੀ, ਪਰ ਅੱਜ ਹਾਲਾਤ ਇਹ ਬਣ ਗਏ ਕਿ ਉਸੇ ਰੋਜ਼ੀ ਰੋਟੀ ਨਾ ਮਿਲਣ ਕਰਕੇ ਉਹਨਾਂ ਨੂੰ ਵਾਪਸ ਆਪਣੇ ਘਰ ਜਾਣਾ ਪੈ ਰਿਹਾ। ਲੇਕਿਨ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਗੱਲ ਦਾ ਰੋਸ਼ ਨਹੀਂ ਹੈ ਕਿ ਉਹਨਾਂ ਨੂੰ ਆਪਣੇ ਘਰ ਵਾਪਸ ਜਾਣਾ ਪੈ ਰਿਹਾ ਹੈ। ਗੁੱਸਾ ਇਸ ਗੱਲ ਦਾ ਹੈ ਕਿ ਉਹਨਾਂ ਨੂੰ ਹਜ਼ਾਰਾਂ ਕਿਲੋਮੀਟਰ ਤਪਦੀ ਧੁੱਪ ਦੇ ਵਿੱਚ ਆਪਣੇ ਘਰ ਪੈਦਲ ਜਾਣਾ ਪੈ ਰਿਹਾ ਹੈ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਜਿਹੜਾ ਆ ਗਰਮੀ ਦੇ ਵਿੱਚ ਤਪਦੀ ਸੜਕ, ਔਰ ਬਹੁਤ ਸਾਰੇ ਇਹੋ ਜਿਹੇ ਮਜ਼ਦੂਰ ਵੀ ਤੁਸੀਂ ਦੇਖੇ ਹੋਣਗੇ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਚੱਪਲਾਂ ਵੀ ਨਹੀਂ ਹਨ, ਉਹ ਪੈਦਲ ਸਫ਼ਰ ਤੈਅ ਕਰ ਰਹੇ ਨੇ। ਕਿਉਂ ਨਹੀਂ ਨਜ਼ਰ ਆ ਰਿਹਾ ਸਰਕਾਰ ਨੂੰ ਇਹਨਾਂ ਦਾ ਦੁੱਖ, ਜਦਕਿ ਸੋਸ਼ਲ ਮੀਡੀਆ ਜਿਹੜਾ ਆ ਉਹਦੇ ਵਿੱਚ ਵੀਡੀਓ ਦੇ ਨਾਲ ਭਰਿਆ ਪਿਆ ਆ। ਕੋਈ ਮਜ਼ਦੂਰ ਜਿਹੜਾ ਆ ਆਪਣੇ ਬੱਚੇ ਨੂੰ ਗੋਦੀ 'ਚ ਚੁੱਕ ਕੇ ਕਿੰਨੇ ਕਿਲੋਮੀਟਰ ਚੱਲ ਰਿਹਾ, ਕੋਈ ਮਾਂ ਆਪਣੇ ਬੱਚੇ ਨੂੰ ਟਰੋਲੀ ਵਾਲੇ ਟੈਚੀ ਦੇ ਉੱਪਰ ਬਿਠਾ ਕੇ ਉਹਨੂੰ ਲੈ ਕੇ ਜਾ ਰਹੀ ਹੈ। ਸਰਕਾਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਕਿਉਂ ਦੇਖ ਰਿਹਾ ਇਹ ਸਭ? ਕਿਤੇ ਨਾ ਕਿਤੇ ਇਹ ਚਿੰਤਾ ਦਾ ਵਿਸ਼ਾ। ਆਓ ਦੇਖਦੇ ਹਾਂ ਕੁਝ ਤਸਵੀਰਾਂ ਜੋ ਇਹ ਹਾਲਾਤ ਬਿਆਨ ਕਰ ਰਹੀਆਂ ਨੇ ਕਿ ਸਾਡਾ ਜਿਹੜਾ ਭਾਰਤ ਦੇਸ਼ ਆ ਜਾਂ ਉਸਦਾ ਜਿਹੜਾ ਪ੍ਰਸ਼ਾਸਨ ਲੋਕਤੰਤਰ ਹੈ ਕਿਤੇ ਨਾ ਕਿਤੇ ਥੱਲੇ ਡਿੱਗਦਾ ਨਜ਼ਰ ਆ ਰਿਹਾ। ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਲੋਕਡਾਊਨ ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ, ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਲਈ ਇਹ ਦੁੱਖਾਂ ਦਾ ਪਹਾੜ ਵੀ ਬਣ ਗਿਆ। ਬੇਸ਼ੱਕ ਇਸ ਲੋਕਡਾਊਨ ਨੇ ਇਸ ਪਰਿਆਵਰਨ ਨੂੰ ਵਾਤਾਵਰਨ ਨੂੰ ਪੋਲਿਊਸ਼ਨ ਮੁਕਤ ਤਾਂ ਕਰ ਦਿੱਤਾ ਔਰ ਪਹਾੜ ਵੀ ਨਜ਼ਰ ਆਉਣ ਲੱਗ ਪਏ, ਪਰ ਕਿਤੇ ਨਾ ਕਿਤੇ ਮਜ਼ਦੂਰਾਂ ਦਾ ਦੁੱਖ ਦਰਦ ਜਿਹੜਾ ਆ ਉਹ ਸਰਕਾਰਾਂ ਨੂੰ ਨਜ਼ਰ ਨਹੀਂ ਆਇਆ। ਰੋਜ਼ੀ ਰੋਟੀ ਕਮਾਉਣ ਲਈ ਭਾਰਤ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਅੱਜ ਰੋਜ਼ੀ ਰੋਟੀ ਨਾ ਮਿਲਣ ਕਰਕੇ ਹੀ ਵਾਪਸ ਆਪਣੇ ਵਤਨ ਪਰਤਣਾ ਪੈ ਰਿਹਾ ਹੈ। ਮਜ਼ਦੂਰੋਂ ਕੋ ਗਾਂਵ ਹਮਾਰੇ ਭੇਜ ਦੋ ਸਰਕਾਰ, ਸੂਨਾ ਪੜਾ ਘਰ ਦੁਆਰ। ਹਮ ਮਜ਼ਦੂਰੋਂ ਕੋ ਗਾਂਵ ਹਮਾਰੇ ਭੇਜ ਦੋ ਸਰਕਾਰ, ਸੂਨਾ ਪੜਾ ਘਰ ਦੁਆਰ। ਮਜ਼ਬੂਰੀ ਮੇ ਹਮ ਸਭ ਮਜ਼ਦੂਰੀ ਕਰਤੇ ਹੈ, ਘਰ ਬਾਰ ਛੋੜ ਕਰਕੇ ਸ਼ਹਿਰੋਂ ਮੇ ਭਟਕਤੇ ਹੈ। ਮਜ਼ਬੂਰੀ ਮੇ ਹਮ ਸਭ ਮਜ਼ਦੂਰੀ ਕਰਤੇ ਹੈ, ਘਰ ਬਾਰ ਛੋੜ ਕਰਕੇ ਸ਼ਹਿਰੋਂ ਮੇ ਭਟਕਤੇ ਹੈ। ਜੋ ਲੇਕਰ ਹਮਕੋ ਆਏ ਵੋਹੀ ਛੋੜ ਗਏ ਮਜ਼ਧਾਰ, ਕੁਛ ਤੋ ਕਰੋ ਸਰਕਾਰ। ਪਰ ਇਹਨਾਂ ਮਜ਼ਦੂਰਾਂ ਨੂੰ ਦੁੱਖ ਇਸ ਗੱਲ ਦਾ ਨਹੀਂ ਹੈ ਕਿ ਵਾਪਸ ਆਪਣੇ ਘਰ ਜਾਣਾ ਪੈ ਰਿਹਾ ਹੈ, ਦੁੱਖ ਇਸ ਗੱਲ ਦਾ ਹੈ ਕਿ ਸਰਕਾਰਾਂ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ। ਟਰਾਂਸਪੋਰਟ ਨਾ ਹੋਣ ਕਰਕੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਘਰ ਨੂੰ ਇਹ ਮਜ਼ਦੂਰ ਰਵਾਨਾ ਹੋ ਗਏ। ਕੋਈ ਸਾਈਕਲ 'ਤੇ ਜਾ ਰਿਹਾ, ਕੋਈ ਪੈਦਲ ਜਾ ਰਿਹਾ, ਹਰ ਕੋਈ ਕੋਸ਼ਿਸ਼ ਕਰ ਰਿਹਾ ਕਿ ਕਿਵੇਂ ਨਾ ਕਿਵੇਂ ਆਪਣੇ ਘਰ ਪਹੁੰਚ ਜਾਇਆ ਜਾਵੇ। ਪਰ ਕਿਤੇ ਨਾ ਕਿਤੇ ਇਹ ਗੱਲ ਹਿਰਦੇ ਵਲੂੰਦਰਦੀ ਹੈ, ਝੰਜੋੜ ਦਿੰਦੀ ਹੈ ਕਿ ਹਜ਼ਾਰਾਂ ਕਿਲੋਮੀਟਰ ਤਪਦੀ ਧੁੱਪ ਗਰਮੀ ਦੇ ਵਿੱਚ ਸੜਕ 'ਤੇ ਜਾਣਾ, ਆਪਣੇ ਘਰ ਪਹੁੰਚਣਾ, ਇਹ
चिंता का विषय है। मजदूरों का कहना है कि सरकार अमीरां लई तां बहुत कुछ कर रही है पर गरीबां लई या ये कह लो कि प्रवासी मजदूरां लई कुछ भी नहीं कर रही। मोदी जी ने जो किया ना बढ़िया किया, हमारे लिए सही किया है, हमारे लिए तो बढ़िया किया आपने। हम तो ऐसे कि चलो भोग लगे जैसे करेंगे से कर लेंगे हम, पर वो तो एक जगह बैठे ना कम से कम। अरे उनको कम से कम ये सोचना चाहिए कि कम से कम परेशानी जैसे गरीब आदमी है उनको कुछ करें तो करना तो चाहिए, उनको नहीं करना चाहिए। ये वो मजदूर ने जिहड़े अपने परिवार नू बच्चियां नू लैके इस पानी दे विचों लंघ रहे ने। अज मंजर इदां दा बन गया कि करोना दी महामारी ने इन्हां दे ए वाले हालात नहीं बनाए बल्कि इहदे विच सरकारां दा रोल है। जेकर इन्हां नू ट्रांसपोर्ट दित्ती हुंदी तां अज ये अपने घर पहुँच सकते सी। रो रो के अपना दुख बयान करदे होए प्रवासी मजदूर फिर भी सरकार दा धन्नवाद करदे ही नजर आए, बेशक उस दे विच सच्चाई कुछ होर सी। की बयान कीता मजदूर ने आओ सुनते हैं। पर वो तो एक जगह बैठे ना कम से कम। अरे उनको कम से कम सोचना चाहिए कि कम से कम परेशानी जैसे गरीब आदमी है उनको कुछ करें तो करना तो चाहिए, उनको नहीं करना चाहिए। चलो ठीक है, हम तो जैसे हैं तो निकल जाएंगे, मर जाएंगे जैसे भी होगा, हम निकल जाएंगे बच्चों को लेकर हम निकल जाएंगे। हम बहुत परेशान हैं साहब, बहुत परेशान हैं। अब जी हम बच्चे हम कैसे कैसे करेंगे बताओ हमें आप। यहाँ से भगा दी, यहाँ से जाएंगे, यहाँ से भगा देंगे। अब जाएंगे कहाँ से जाएंगे, अम्बाला से आ रहे हैं हम। अम्बाला से आ रहे, 6 दिन हो गए यार, 6 दिन हो गए। किसी की टूटी हुई साइकिल ली थी कि 500 रुपए टूटी साइकिल ली थी, आज वैसे ही चल रहे हैं। अब क्या करें, कुछ खाने के लिए नहीं है, रोज चावल खाएंगे, वैसे भी सर्दी जुकाम हो जाए तो क्या कोरोना हो गया, चावल खाने से भी दिक्कत आएगी नहीं, चावल ही खाएं और जाके धूप में खड़े हुए लाइन में लगे तब खाना मिलता है। नवीं ते ताज़ा तरीन खबरां सब तो पहला देखने लई साडा YouTube चैनल लाइक करो अते सब्सक्राइब करना ना भुलना अते नाल ही दबाओ घंटी दा बटन।